ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ, ਅੱਜ ਫਿਰ ਡੱਲਾ ਜੀ ਦੇ 3 ਸਵਾਲਾਂ ਦੇ ਨਾਲ। ਆਹ ਸ਼ੋਅ ਮੈਂ ਔਰ ਡੱਲਾ ਜੀ ਕਾਫੀ ਦੇਰ ਤੋਂ ਰੈਗੂਲਰ ਚਲਾਉਂਦੇ ਰਹਿੰਦੇ ਹਾਂ, ਜਿਹਦੇ ਵਿੱਚ ਅਸੀਂ ਰੈਂਡਮ ਕੁਐਸਚਨਸ ਨੂੰ ਆਨਸਰ ਕਰਦੇ ਹਾਂ, ਜਿਹੜੀ ਤੁਸੀਂ ਲੋਕ ਆਮ ਆਡੀਅੰਸ ਮੈਨੂੰ ਜਾਂ ਸ਼ੋਅ ਦੇ ਉੱਤੇ ਕਮੈਂਟਸ ਕਰਕੇ ਜਾਂ ਡੱਲਾ ਜੀ ਨੂੰ ਪੁੱਛਦੇ ਨੇ। ਸੋ ਕੋਈ ਵੀ ਕੁਐਸਚਨਸ ਤੁਸੀਂ ਇੱਦਾਂ ਦੇ ਪੁੱਛਦੇ ਹੋ ਤਾਂ ਉਹ ਨੋਰਮਲੀ ਤਾਂ ਅਸੀਂ ਹਰ ਟੋਪਿਕ 'ਤੇ ਇੱਕ ਸ਼ੋਅ ਕਰਦੇ ਰਹਿੰਦੇ ਹਾਂ, ਬਟ ਆਹ ਇੱਕ ਰੈਂਡਮ ਹੁੰਦਾ ਜਿਹਦੇ 'ਚ ਅਲੱਗ ਅਲੱਗ ਕੁਐਸਚਨਸ ਦਾ ਆਨਸਰ ਦਿੱਤਾ ਜਾਂਦਾ, ਹੋ ਸਕਦਾ ਸੇਮ ਕੰਟਰੀ ਦਾ ਡਿਸਕਸ਼ਨ ਜ਼ਿਆਦਾ ਨਾ ਹੋਵੇ। ਸੋ ਅੱਜ ਜਿਹੜੇ 3 ਸਵਾਲ ਨੇ ਡੱਲਾ ਜੀ ਦੇ, ਉਹਨਾਂ ਦੇ ਵਿੱਚੋਂ ਪਹਿਲਾ ਸਵਾਲ ਮੈਂ ਲੈਣਾ ਜੀ, ਉਹ ਹੈਗਾ ਆਸਟ੍ਰੇਲੀਆ ਦੇ ਫੰਡਸ ਨੂੰ ਲੈ ਕੇ ਕਨਫਿਊਜ਼ਨ। ਸੋ ਕਿੱਦਾਂ ਦੇ ਫੰਡਸ ਚਾਹੀਦੇ, ਕਿੰਨੇ ਫੰਡਸ ਚਾਹੀਦੇ, ਕਿੰਨੇ ਪੁਰਾਣੇ ਫੰਡਸ ਚਾਹੀਦੇ? ਦੇਖੋ, ਆਸਟ੍ਰੇਲੀਆ ਦੇ ਵਿੱਚ ਜਿਹੜਾ ਫੰਡਸ ਦਾ ਸਿਨਾਰੀਓ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਕਿ ਇਸ ਟਾਈਮ ਇੰਡੀਆ ਹੈਗਾ ਅਸੈਸਮੈਂਟ ਲੈਵਲ 2 ਦੇ ਵਿੱਚ। ਸੋ ਜਦੋਂ ਤੁਹਾਡੀ ਕੰਟਰੀ ਅਸੈਸਮੈਂਟ ਲੈਵਲ 2  'ਚ ਆ ਜਾਂਦੀ ਹੈ, ਬਾਏ ਲੋ ਅੰਬੈਸੀ 'ਚ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਗੀ, ਸਿਰਫ COE ਚਾਹੀਦੀ ਹੈ। ਬਟ ਆਸਟ੍ਰੇਲੀਆ ਦੇ ਜਿਹੜੇ ਫੰਡਸ ਹੈ ਉਹ ਡੈਫੀਨੇਟਲੀ ਅੰਬੈਸੀ 'ਚ ਤਾਂ ਨਹੀਂ ਜਾ ਰਹੇ ਇਨ 90% ਕੇਸਿਸ, 10% ਉਹ ਕੇਸਿਸ ਜਿੱਥੇ ਅੰਬੈਸੀ ਇਨ ਕੇਸ ਡਿਮਾਂਡ ਕਰਦੀ ਹੈ ਅਗਰ ਉਹਨਾਂ ਨੂੰ ਕੁਛ ਡਾਊਟਫੁੱਲ ਲੱਗਦਾ। ਬਟ ਇਹ ਫੰਡਸ ਦੀ ਜ਼ਰੂਰਤ ਹੈਗੀ ਹੈ, ਔਰ ਇਹ ਫੰਡਸ ਨੂੰ ਜ਼ਿਆਦਾ ਦੇਖਦੀਆਂ ਨੇ ਯੂਨੀਵਰਸਿਟੀਜ਼ ਜਾਂ ਇੰਸਟੀਟਿਊਟਸ, ਕਿਉਂਕਿ ਇਹ GTE ਦੇ ਅੰਡਰ ਆਉਂਦਾ ਹੈ। GTE ਜੈਨੂਇਨ ਟੈਂਪਰੇਰੀ ਐਂਟਰੈਂਟ ਹੈ, ਇੱਕ ਪੋਲਿਸੀ ਹੈ ਆਸਟ੍ਰੇਲੀਅਨ ਐਮਬੈਸੀ ਦੀ ਜਿਹੜੀ ਰੈਗੂਲੇਟ ਹੁੰਦੀ ਹੈ ਇੰਸਟੀਟਿਊਟਸ ਦੇ ਉੱਤੇ। ਸੋ ਇਟਸ ਅ ਇੰਸਟੀਟਿਊਟਸ ਹੂ ਹੈਜ਼ ਟੂ ਮੇਕ ਸ਼ੋਰ ਕਿ ਬੱਚਾ ਉਹ ਕੋਰਸ ਕੰਪਲੀਟ ਕਰ ਸਕਦਾ, ਉਹਦੇ ਕੋਲ ਇਨਫ ਫੰਡਿੰਗ ਹੈ, ਉਹਦੀ ਇਨਫ ਐਜੂਕੇਸ਼ਨ ਲੈਵਲ ਹੈ, ਉਹਦੀ ਇਨਫ ਇੰਗਲਿਸ਼ ਲੈਵਲ ਹੈਗਾ। ਸੋ ਇਹਦੇ ਵਿੱਚ ਹੁਣ 2 ਤਰ੍ਹਾਂ ਦੇ ਸਿਨਾਰੀਓਜ਼ ਹੈ। ਜ਼ਿਆਦਾਤਰ ਤੁਸੀਂ ਸੁਣਿਆ ਹੋਣਾ ਕਿ ਕਈ ਲੋਕ ਪੈਕੇਜ ਵੀ ਕਰਦੇ ਆ ਆਸਟ੍ਰੇਲੀਆ ਦਾ, ਔਰ ਫੰਡਸ ਵਿੱਚ ਦਿਖਾ ਦਿੰਦਾ ਕਹਿ ਦਿੰਦੇ ਆ ਜਾਂ ਹੋਰ ਚੀਜ਼ਾਂ ਤੁਹਾਨੂੰ ਆਫਰ ਕਰ ਦਿੰਦੇ ਆ, ਬਟ ਮੋਸਟਲੀ ਆਹ ਚੀਜ਼ ਹੈਪਨ ਹੁੰਦੀ ਹੈ ਕਾਲਜਿਸ ਦੇ ਵਿੱਚ। ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਕਦੀ ਵੀ ਫੰਡਸ ਇੱਦਾਂ ਸ਼ੋਅ ਨਹੀਂ ਕਰਾ ਸਕਦੇ। ਸੋ ਕਾਲਜਿਸ 'ਚ ਬਹੁਤ ਜਗ੍ਹਾ ਕਈ ਲੋਕ ਸੈਟਿੰਗ ਕਰਕੇ ਉਲਟਾ ਸਿੱਧਾ ਕਰਦੇ ਨੇ, ਬਟ ਮੇਰੀ ਤੁਹਾਨੂੰ ਇਹ ਐਡਵਾਈਸ ਰਹੂਗੀ ਕਿ ਅਗਰ 10% ਕੇਸ 'ਚ ਵੀ ਅੰਬੈਸੀ ਨੇ ਡਿਮਾਂਡ ਕਰ ਲਏ ਔਰ ਤੁਹਾਡੇ ਕੋਲ ਫੰਡ ਨਾ ਹੋਏ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਹੈ, ਔਰ ਐਡੀ ਵੱਡੀ ਪ੍ਰੋਬਲਮ ਨੂੰ ਇਨਵਾਈਟ ਨਾ ਕਰਿਆ ਕਰੋ। ਇਹ ਚੀਜ਼ਾਂ ਕਈ ਵਾਰੀ ਬੈਨ ਵਰਗੀ ਸਿਚੁਏਸ਼ਨਸ ਨੂੰ ਵੀ ਇਨਵਾਈਟ ਕਰਦੀਆਂ ਨੇ। ਯੂਨੀਵਰਸਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਡੈਫੀਨੇਟਲੀ ਆਪਾਂ ਨੂੰ ਫੰਡਸ ਦਿਖਾਉਣੇ ਜ਼ਰੂਰੀ ਹੈ। ਜਿਹੜੇ ਫੰਡਸ ਹੈ ਉਹ ਤਕਰੀਬਨ ਆਪਾਂ ਇੰਡੀਅਨ ਕਰੰਸੀ 'ਚ ਗੱਲ ਕਰੀਏ ਤਾਂ 18 ਤੋਂ 20 ਲੱਖ ਦਿਖਾਉਣਾ ਪੈਂਦਾ, ਔਰ ਅਗਰ ਆਪਾਂ ਦਾ ਸਟੈਂਡਰਡਾਈਜ਼ ਸਿਸਟਮ ਚੈੱਕ ਕਰਦੇ ਹਾਂ ਤਾਂ ਆਪਾਂ ਨੂੰ 20,000 ਆਸਟ੍ਰੇਲੀਅਨ ਡਾਲਰ 'ਚ ਲਿਵਿੰਗ ਕੋਸਟ 1 ਸਾਲ ਦੀ, ਔਰ ਪਲੱਸ 1 ਸਾਲ ਦੀ ਆਪਣੀ ਫੀਸ ਜੋ ਕਿ ਤਕਰੀਬਨ 20 ਤੋਂ 22,000 ਡਾਲਰ ਹੁੰਦੀ ਹੈ। ਸੋ ਜਦੋਂ ਇਹਨੂੰ ਤੁਸੀਂ ਇੰਡੀਅਨ ਕਰੰਸੀ 'ਚ ਕਨਵਰਟ ਕਰੋਗੇ ਐਂਡ ਉਹਦੇ ਵਿੱਚੋਂ ਅੱਧੀ ਫੀਸ ਫਸਟ ਸਮੈਸਟਰ ਦੀ ਤੁਸੀਂ ਟ੍ਰਾਂਸਫਰ ਕਰ ਦੋਗੇ ਤਾਂ ਉਸ ਤੋਂ ਬਾਅਦ ਜਿਹੜਾ ਬਚਣ ਵਾਲਾ ਬੈਲੈਂਸ ਹੈ ਦੈਟ ਵਿਲ ਬੀ ਸਮਵੇਅਰ ਬਿਟਵੀਨ 18 ਤੋਂ 20 ਲੱਖ ਦੇ ਵਿੱਚ ਰਹੂਗਾ। ਸੋ ਇਹ ਅਮਾਊਂਟ ਤੁਹਾਨੂੰ ਸ਼ੋਅ ਕਰਨੀ ਪੈਂਦੀ ਹੈ। ਹੁਣ ਗੱਲ ਹੈ ਕਿ ਕਿੰਨੀ ਪੁਰਾਣੀ ਸ਼ੋਅ ਕਰਨੀ ਪੈਂਦੀ ਹੈ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜੇ ਫੰਡ ਦੇ ਓਲਡ ਹੋਣ ਦੀ ਕੰਡੀਸ਼ਨ ਆ, ਇਟ ਅਗੇਨ ਡਿਪੈਂਡਸ ਅਪੋਨ ਅ ਯੂਨੀਵਰਸਿਟੀ ਔਰ ਅ ਇੰਸਟੀਟਿਊਟ। ਕੋਈ ਇੰਸਟੀਟਿਊਟ ਤੁਹਾਡੇ ਫਰੈਸ਼ ਵੀ ਅਸੈਪਟ ਕਰਦੇ ਆ, ਕੋਈ ਮੰਥ ਓਲਡ ਅਸੈਪਟ ਕਰਦੇ ਆ, ਕੋਈ 2 ਮੰਥ ਓਲਡ, ਕੋਈ 3 ਮੰਥ ਓਲਡ ਵੀ ਅਸੈਪਟ ਕਰਦਾ, ਕੋਈ ਅੱਧੇ ਪੁਰਾਣੇ ਅੱਧੇ ਨਵੇਂ ਅਸੈਪਟ ਕਰ ਲੈਂਦਾ। ਸੋ ਅਲੱਗ ਅਲੱਗ ਕੰਡੀਸ਼ਨਸ ਦੇ ਉੱਤੇ ਅਲੱਗ ਅਲੱਗ ਯੂਨੀਵਰਸਿਟੀਜ਼ ਵਰਕਆਊਟ ਕਰਦੀਆਂ ਨੇ। ਸੋ ਇਟ ਰੀਅਲੀ ਡਿਪੈਂਡਸ ਕਿ ਤੁਸੀਂ ਕਿਸ ਕੰਸਲਟੈਂਟ ਕੋ ਅਪਲਾਈ ਕੀਤਾ, ਕਿਸ ਯੂਨੀਵਰਸਿਟੀ 'ਚ ਅਪਲਾਈ ਕੀਤਾ, ਐਂਡ ਉਹਦੇ ਅਕੋਰਡਿੰਗ ਇਹ ਫੰਡ ਦਾ ਸਿਨਾਰੀਓ ਰਹਿੰਦਾ। ਸਭ ਤੋਂ ਪਹਿਲਾਂ ਯੂਨੀਵਰਸਿਟੀ ਤੋਂ ਆਉਂਦਾ ਹੈ ਆਫਰ ਲੈਟਰ, ਆਫਰ ਲੈਟਰ ਆਉਣ ਤੋਂ ਬਾਅਦ ਤੁਹਾਡੇ ਜਾਂਦੇ ਨੇ ਫੰਡਸ ਦੇ ਡਾਕੂਮੈਂਟਸ, ਫੰਡਸ ਦੇ ਡਾਕੂਮੈਂਟ ਜਾਣ ਤੋਂ ਬਾਅਦ ਉੱਥੋਂ ਆਉਂਦਾ ਹੈ ਇੱਕ ਅਪਰੂਵਲ ਜਿਹੜਾ ਕਨਫਰਮ ਕਰਦਾ ਕਿ ਜਿਹੜੇ ਤੁਹਾਡੇ ਫੰਡਸ ਹੈ ਉਹ ਯੂਨੀਵਰਸਿਟੀ ਅਸੈਪਟ ਕਰਦੀ ਹੈ, ਔਰ ਉਹਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ। ਇਹ ਅਪਰੂਵਲ ਬਾਅਦ 'ਚ ਅੰਬੈਸੀ ਵੀ ਭੇਜਣਾ ਪੈਂਦਾ। ਸੋ ਅਗਰ ਉੱਥੇ ਆਪਣੇ ਫੰਡਸ ਅਸੈਪਟ ਹੁੰਦੇ ਆ ਤਾਂ ਡੈਫੀਨੇਟਲੀ ਬਹੁਤ ਜ਼ਿਆਦਾ ਚਾਂਸਿਸ ਆ, ਔਰ ਅਗਰ ਤੁਹਾਡੇ ਕੋਲ ਜੈਨੂਅਨ ਫੰਡਸ ਹੈ ਤਾਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਕਿਸੇ ਵੀ ਸਿਚੁਏਸ਼ਨ 'ਚ ਨਹੀਂ ਰੁਕ ਸਕਦਾ। ਸੋ ਫੰਡਸ ਦਾ ਆਪਾਂ ਕਹਿ ਲਈਏ ਪੁਰਾਣੇ ਹੋਣਾ ਜਾਂ ਨਵੇਂ ਹੋਣਾ, ਇਟ ਆਲ ਡਿਪੈਂਡਸ, ਵੈਰੀ ਕਰਦਾ। ਸੋ ਫੰਡ ਦਾ ਸਲਿਊਸ਼ਨ ਵੀ ਜੇ ਕੋਈ ਕਹਿੰਦਾ ਹੈਗਾ ਤਾਂ ਹਾਂਜੀ ਹੈਗਾ, ਫੰਡ ਦੇ ਸਲਿਊਸ਼ਨ ਹੈਗੇ ਆ। ਇੱਦਾਂ ਨਹੀਂ ਹੈ ਕਿ ਫੰਡ ਹੀ ਨਹੀਂ ਦਿਖਾਉਣੇ ਪਊਗੇ, ਬਟ ਆਹ ਹੋ ਸਕਦਾ ਕਿ ਨਵੇਂ ਚੱਲਣ, ਪੁਰਾਣੇ ਚੱਲਣ ਜਾਂ ਥੋੜ੍ਹੇ ਪੁਰਾਣੇ ਚੱਲਣ। ਸੋ ਇੱਦਾਂ ਦੀਆਂ ਵੇਰੀਏਸ਼ਨਸ ਇਹਦੇ ਵਿੱਚ ਤੁਹਾਨੂੰ ਆਸਟ੍ਰੇਲੀਆ 'ਚ ਦੇਖਣ ਨੂੰ ਮਿਲ ਸਕਦੀਆਂ ਨੇ। ਸੈਕਿੰਡ ਸੀਗਾ ਕੁਐਸਚਨ ਉਹਨਾਂ ਦਾ ਕਿ ਕੈਨੇਡਾ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ, ਮਤਲਬ ਸੈਪਟੈਂਬਰ ਇਨਟੇਕ ਜਿੱਥੇ ਬਚਿਆ, ਕੀ ਸਿਚੁਏਸ਼ਨ ਹੈ ਕਿਉਂਕਿ ਨਵੇਂ ਬੱਚੇ ਪਾਸ ਆਊਟ ਹੋ ਕੇ ਆਏ ਆ। ਸੋ ਉਹਨਾਂ ਦੇ ਰਿਲੇਟਿਡ ਇਨਟੇਕ ਨੂੰ ਲੈ ਕੇ ਕੀ ਪੋਸੀਬਿਲਿਟੀ ਸੈਪਟੈਂਬਰ ਇਨਟੇਕ ਨੂੰ ਲੈ ਕੇ ਚੱਲ ਸਕਦੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹ ਸਾਰੇ ਬੱਚਿਆਂ ਨੂੰ ਕੰਗਰੈਚੁਲੇਟ ਕਰੂੰਗਾ ਜਿਨ੍ਹਾਂ ਨੇ ਇਸ ਵਾਰੀ +2 ਕਲੀਅਰ ਕੀਤੀ ਹੈ ਜਾਂ ਗ੍ਰੈਜੂਏਸ਼ਨ ਕਲੀਅਰ ਕੀਤੀ ਹੈ। ਉਹਨਾਂ 'ਚੋਂ ਡੈਫੀਨੇਟਲੀ ਕੁਛ ਬੱਚੇ ਆਇਲਸ ਕਰ ਚੁੱਕੇ ਹੈ, ਬਟ ਸਟਿਲ ਮੈਨੀ ਆਰ ਵੇਟਿੰਗ ਟੂ ਡੂ ਦਾ ਆਇਲਸ। ਸੋ ਆਇਲਸ ਪਹਿਲਾਂ ਸਭ ਤੋਂ ਜ਼ਰੂਰੀ ਚਾਹੀਦੀ ਹੋਊਗੀ ਕੈਨੇਡਾ 'ਚ।
ਅੱਜ ਦੀ ਡੇਟ ਦੇ ਵਿੱਚ ਜਿਹੜਾ ਫਾਈਲਿੰਗ ਹੈ ਦੈਟ ਇਜ਼ ਔਨਲਾਈਨ, ਸੋ ਸਾਰੀ ਫਾਈਲ ਔਨਲਾਈਨ ਡਿਪੋਜ਼ਿਟ ਹੁੰਦੀ ਹੈ, ਖਾਸ ਕਰਕੇ SDS ਵਾਲੀ, ਔਰ ਇਹ ਫਾਈਲਾਂ ਐਡਮਿੰਟਨ 'ਚ ਓਪਨ ਹੁੰਦੀਆਂ ਨੇ, ਜਿੱਥੇ ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਪਰਟੀਕੁਲਰ ਸੈਂਟਰ ਬਣਾਤਾ ਜਿੱਥੇ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਹੀ ਦੇਖੀਆਂ ਜਾਂਦੀਆਂ ਨੇ. ਸੋ ਕਾਫੀ ਸਟ੍ਰੀਮਲਾਈਨ ਵੀ ਉਹਨਾਂ ਨੇ ਕਰਤਾ ਤੁਹਾਡਾ ਪ੍ਰੋਸੈਸ, ਈਜ਼ੀ ਵੀ ਕਰਤਾ ਤਾਂ ਕਿ ਤੁਹਾਨੂੰ ਰਿਜ਼ਲਟ ਟਾਈਮ ਸਿਰ ਮਿਲ ਸਕਣ. SDS ਦੇ ਅੰਦਰ ਹੁਣ ਤੁਹਾਨੂੰ ਸ਼ਾਇਦ 20 ਦਿਨਾਂ 'ਚ ਰਿਜ਼ਲਟ ਮਿਲਿਆ ਕਰੂਗਾ. ਇਨਟੇਕਸ ਨੂੰ ਲੈ ਕੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਕਾਲਜਿਸ ਹੁਣ ਕੋਰਸਿਸ ਕਲੋਜ਼ ਕਰਨ ਦੇ ਲਾਗੇ ਛਾਗੇ ਆ ਰਹੇ ਨੇ, ਕਾਫੀ ਸਾਰੇ ਕਾਲਜਿਸ ਕਲੋਜ਼ ਹੋ ਵੀ ਚੁੱਕੇ ਹੈ, ਕਾਫੀ ਸਾਰੇ ਕਾਲਜਿਸ ਵੇਟਿੰਗਸ 'ਚ ਜਾ ਚੁੱਕੇ ਆ, ਯੂਨੀਵਰਸਿਟੀਜ਼ ਵੀ ਈਵਨ ਇਸ ਵਾਰੀ ਵੇਟਿੰਗ 'ਚ ਚਲੇ ਗਈਆਂ. ਸੋ ਸਿਚੁਏਸ਼ਨ ਹੈਗੀ ਹੈ, ਬਟ ਇੱਦਾਂ ਵੀ ਨਹੀਂ ਗਾ ਕਿ ਇਹੋ ਜਿਹੇ ਪੋਸੀਬਿਲਿਟੀ ਨਹੀਂ ਗੀ, ਬਟ ਹਾਂ ਹੁਣ ਕਿਤੇ ਨਾ ਕਿਤੇ ਇੱਦਾਂ ਦੀ ਸਿਚੁਏਸ਼ਨ ਹੋ ਗਈ ਹੈ ਕਿ ਸ਼ਾਇਦ ਜਿਹੜੀ ਪੋਸੀਬਿਲਿਟੀ ਆ ਤੁਹਾਡੀ ਚੋਇਸ ਅਨੁਸਾਰ ਨਾ ਹੋਵੇ, ਸ਼ਾਇਦ ਤੁਹਾਨੂੰ ਤੁਹਾਡੀ ਮਰਜ਼ੀ ਦਾ ਕਾਲਜ ਨਾ ਮਿਲ ਸਕੇ, ਉਹਦੇ ਲਾਗੇ ਛਾਗੇ ਕੋਈ ਹੋਰ ਮਿਲੇ, ਜਾਂ ਕਾਲਜ ਦੀ ਜਗ੍ਹਾ ਯੂਨੀਵਰਸਿਟੀ 'ਚ ਆਪਸ਼ਨ ਮਿਲੇ. ਸੋ ਲੋਟਸ ਆਫ ਵੇਰੀਏਸ਼ਨ ਇਜ਼ ਦੇਅਰ. ਆਇਲਸ ਨੂੰ ਲੈ ਕੇ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਰਹਿੰਦੀ ਹੈ, ਸੋ ਮੈਂ ਤਾਂ ਪਰਸਨਲੀ ਹੁਣ ਇਹੀ ਸੁਜੈਸਟ ਕਰੂੰਗਾ, ਬਿਕੋਜ਼ ਸਿਸਟਮ ਔਨਲਾਈਨ ਹੈ ਤਾਂ ਕਾਫੀ ਉਹ ਆਪਣੇ ਇੱਕ ਸਟੈਂਡਰਡ ਔਰਗਨਾਈਜ਼ਡ ਵੇ ਨਾਲ ਫਾਈਲਾਂ ਦੇ ਉੱਤੇ ਜ਼ਿਆਦਾ ਵਧੀਆ ਰਿਸਪੋਂਸ ਦੇਣਗੇ. ਸੋ ਕੋਸ਼ਿਸ਼ ਕਰੋ ਤੁਹਾਡਾ 6 ਈਚ ਦਾ ਆਇਲ ਸਕੋਰ ਹੋਵੇ, ਔਰ ਅਗਰ ਈਚ ਨਹੀਂ ਗਾ ਤਾਂ ਫਿਰ ਯੂਨੀਵਰਸਿਟੀ ਤੁਹਾਨੂੰ ਇੱਕ ਕੋਈ ਨਾ ਕੋਈ ਇੰਗਲਿਸ਼ ਕੋਰਸ ਲਗਾ ਕੇ ਦੇਵੇ, ਜਿਹਦੇ ਨਾਲ ਵੀਜ਼ਾ ਆਫੀਸਰ ਨੂੰ ਆ ਕੌਨਫੀਡੈਂਸ ਆਵੇ ਕਿ ਤੁਸੀਂ ਉੱਥੇ ਜਾ ਕੇ ਜਿਹੜੀ ਕਮੀ ਹੈ ਉਹਨੂੰ ਪੂਰਾ ਕਰੋਗੇ, ਉਹਦੇ ਉੱਤੇ ਵਰਕਆਊਟ ਕਰੋਗੇ, ਐਂਡ ਦੈਨ ਯੂ ਕੈਨ ਐਕਸਪੈਕਟ ਅ ਵੀਜ਼ਾ ਚਾਂਸਿਸ. ਐਂਡ ਔਨ ਟੋਪ ਉਹਦੇ 'ਚ ਵੀ ਮੈਂ ਹਮੇਸ਼ਾ ਸੁਜੈਸਟ ਕਰਦਾ ਕਿ ਅਗਰ ਆਪਣੇ 6 ਈਚ ਨਹੀਂ ਗਏ ਤਾਂ ਡੈਫੀਨੇਟਲੀ ਜਿਹੜੀ ਫਾਈਲ ਹੈ ਨੋਨ SDS ਹੋਗੀ, ਤਾਂ ਉਹਦੇ ਵਿੱਚ ਵੀ ਯੂਨੀਵਰਸਿਟੀ 'ਚ ਜਾਓ, ਸੋ ਦੈਟ ਯੂ ਕੁਡ ਹੈਵ ਅ ਬੈਟਰ ਐਕਸੈਪਟੈਂਸ, ਯੂ ਕੁਡ ਹੈਵ ਅ ਬੈਟਰ ਸਕਸੈਸ ਰੇਟ ਫੋਰ ਵੀਜ਼ਾ. ਥਰਡ ਕੁਐਸਚਨ ਜਿਹੜਾ ਡੱਲਾ ਜੀ ਦਾ ਸੀਗਾ ਉਹ ਸੀਗਾ ਯੂਰਪੀਅਨ ਕੰਟਰੀਜ਼ ਨੂੰ ਲੈ ਕੇ ਔਰ ਉਹਨਾਂ ਦੇ ਸਕਸੈਸ ਰੇਟ ਨੂੰ ਲੈ ਕੇ. ਦੇਖੋ ਜਦੋਂ ਆਪਾਂ ਯੂਰਪੀਅਨ ਕੰਟਰੀ ਦਾ ਸਕਸੈਸ ਰੇਟ ਐਕਸਪਲੇਨ ਕਰਨ ਚੱਲਦੇ ਹਾਂ, ਖਾਸ ਕਰਕੇ ਉਹਨਾਂ ਕੰਟਰੀਆਂ ਦਾ ਜਿਹੜੀਆਂ ਸ਼ੈਨੇਗਨ 'ਚ ਨੇ. ਦੋ ਤਰ੍ਹਾਂ ਦੀਆਂ ਕੰਟਰੀ ਨੇ ਯੂਰਪ 'ਚ, ਇੱਕ ਜਿਹੜੀਆਂ ਸ਼ੈਨੇਗਨ 'ਚ ਨੇ, ਇੱਕ ਜਿਹੜੀਆਂ ਨੋਨ ਸ਼ੈਨੇਗਨ ਨੇ. ਸੋ ਨੋਨ ਸ਼ੈਨੇਗਨ 'ਚ ਸਾਈਪ੍ਰਸ ਆ ਗਿਆ, 100% ਵੀਜ਼ਾ ਦਿੰਦਾ, ਯੂਕਰੇਨ ਆ ਗਿਆ, 100% ਵੀਜ਼ਾ ਦਿੰਦਾ, ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ. ਯੂਕਰੇਨ 'ਚ ਜ਼ਿਆਦਾਤਰ ਬੱਚੇ ਉਹ ਜਾਂਦੇ ਨੇ ਜਿਹੜੇ ਕਿਤੇ ਨਾ ਕਿਤੇ ਇੱਥੇ ਇੰਡੀਆ 'ਚ ਮੈਡੀਕਲ ਸੀਟ ਆਪਣੀ ਨਹੀਂ ਲੈ ਸਕੇ ਔਰ ਉਹ MBBS MD ਕਰਨਾ ਚਾਹੁੰਦੇ ਆ, ਤਾਂ ਉਹਨਾਂ ਲਈ ਯੂਕਰੇਨ ਇੱਕ ਬਹੁਤ ਵਧੀਆ ਡੈਸਟੀਨੇਸ਼ਨ ਹੁੰਦਾ ਆ. ਡੈਫੀਨੇਟਲੀ ਉੱਥੋਂ ਆ ਕੇ ਉਹਨਾਂ ਨੂੰ ਦੁਬਾਰਾ ਇੱਕ ਇਗਜ਼ਾਮ ਦੇਣਾ ਪੈਂਦਾ ਆਪਣੀ ਡਾਕਟਰੀ ਨੂੰ ਇੱਥੇ ਅਪਰੂਵ ਕਰਨ ਲਈ, ਬਟ ਸਟਿਲ ਇਟਸ ਵੈਰੀ ਕੈਪੇਬਲ ਇਨਫ ਇਗਜ਼ਾਮ, ਔਰ ਅਗਰ ਤੁਸੀਂ ਸਮਾਰਟ ਹੋ, ਇੰਟੈਲੀਜੈਂਟ ਹੋ, ਤਾਂ ਤੁਸੀਂ ਉੱਥੋਂ ਆਪਣੀ MBBS ਇੰਡੀਆ ਦੇ ਮੁਕਾਬਲੇ ਅੱਧੀ ਕੋਸਟ 'ਚ ਆਈ ਥਿੰਕ ਕਰਕੇ ਆਉਂਦੇ ਹੋ. ਸੋ ਯੂਕਰੇਨ ਐਂਡ ਆਪਣਾ ਸਾਈਪ੍ਰਸ, ਦੇ ਆਰ ਪਾਰਟ ਆਫ ਯੂਰਪ, ਨੋਟ ਪਾਰਟ ਆਫ ਸ਼ੈਨੇਗਨ. ਸੋ ਦੇ ਗਿਵ ਯੂ ਅ ਵੈਰੀ ਗੁੱਡ ਚਾਂਸਿਸ ਆਫ ਵੀਜ਼ਾ, ਲਾਈਕ 100% ਆਈ ਸੈਡ. ਸੋ ਸ਼ੈਨੇਗਨ ਕੰਟਰੀਜ਼ ਦੇ ਵਿੱਚ ਅਗਰ ਆਪਾਂ ਪਰਟੀਕੁਲਰਲੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ 3-4 ਮੇਜਰ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟ ਅਪਲਾਈ ਕਰਦਾ, ਦੈਟ ਇਜ਼ ਲਟਵੀਆ, ਮਾਲਟਾ ਐਂਡ ਜਰਮਨੀ. ਸੋ ਇਹਨਾਂ ਦੇ ਵਿੱਚ ਵੀਜ਼ਾ ਸਕਸੈਸ ਰੇਟ. ਸੋ ਪਹਿਲੀ ਗੱਲ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਬੱਚੇ ਇਹਨਾਂ ਕੰਟਰੀਆਂ 'ਚ ਅਪਲਾਈ ਕਰਦੇ ਆ ਉਹ ਬਹੁਤ ਸੁਪਰਬ ਨਹੀਂ ਹੁੰਦੇ ਪ੍ਰੋਫਾਈਲ ਵਾਈਜ਼. ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਦੇ ਗੈਪ ਦਾ ਇਸ਼ੂ ਹੁੰਦਾ, ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਦੀ ਘੱਟ ਪਰਸੈਂਟੇਜ ਦਾ ਇਸ਼ੂ ਹੁੰਦਾ, ਕਿਤੇ ਨਾ ਕਿਤੇ ਉਹਨਾਂ ਦੀ ਆਇਲਸ ਦਾ ਵੀ ਇਸ਼ੂ ਹੁੰਦਾ. ਸੋ ਕਿਉਂਕਿ ਪ੍ਰੋਫਾਈਲ ਹੀ ਉੱਦਾਂ ਦਾ ਜਾ ਰਿਹਾ ਤਾਂ ਆਪਾਂ ਰੇਸ਼ੀਓ ਨੂੰ ਕੈਲਕੂਲੇਟ ਕਰਾਂਗੇ ਤਾਂ ਸ਼ਾਇਦ ਉਹ ਬਹੁਤ ਵਧੀਆ ਆਨਸਰ ਨਹੀਂ ਹੋਊਗਾ. ਸੋ ਕਿਤੇ ਨਾ ਕਿਤੇ ਅਗਰ ਆਪਾਂ ਪ੍ਰੋਫਾਈਲ ਵਾਈਜ਼ ਦੇਖੇ ਹਾਂ, ਇੱਕ ਅੱਛਾ ਪ੍ਰੋਫਾਈਲ ਮਤਲਬ ਜਿਹਦੀ 55-60% ਦੇ ਵਿੱਚ ਕੁਆਲੀਫਿਕੇਸ਼ਨ ਹੈ, ਜਿਹਦੇ 6 ਓਵਰਆਲ ਹੈ ਜਾਂ 5.5 ਓਵਰਆਲ ਹੈ, ਤਾਂ ਉੱਥੇ ਔਰ ਗੈਪ ਜ਼ਿਆਦਾ ਨਹੀਂ ਗੇ, 1-2 ਸਾਲ ਦੇ ਆ. ਇਸ ਕੇਸ 'ਚ ਤਾਂ ਆਪਾਂ 70-80% ਸਕਸੈਸ ਰੇਟ ਐਕਸਪੈਕਟ ਕਰ ਸਕਦੇ ਹਾਂ, ਬਟ ਜਿੱਥੇ ਗੈਪ 4-5 ਸਾਲ ਦੇ ਹੋ ਗਏ, ਜਿੱਥੇ ਆਇਲਸ ਬਿਲਕੁਲ ਵੀ ਨਹੀਂ ਗਈ ਜਾਂ ਇੰਗਲਿਸ਼ ਬਿਲਕੁਲ ਨਹੀਂ ਗਈ, ਤਾਂ ਉੱਥੇ ਇਹ ਚੈਲੇਂਜ ਹੋ ਸਕਦਾ. ਕਿਉਂਕਿ ਮੈਂ ਪਿਛਲੇ ਸ਼ੋਅ 'ਚ ਵੀ ਦੱਸਿਆ ਸੀਗਾ ਕਿ ਇਹਨਾਂ ਕੰਟਰੀਆਂ ਦੇ ਵੀ ਇੰਟਰਵਿਊਜ਼ ਹੁੰਦੇ ਆ ਐਮਬੈਸੀ ਦੇ ਵਿੱਚ. ਸੋ ਡੈਫੀਨੇਟਲੀ ਇੱਕ ਗੁੱਡ ਇੰਗਲਿਸ਼ ਦਾ ਲੈਵਲ ਹੋਣਾ ਜ਼ਰੂਰੀ ਹੈ, ਇੱਕ ਪ੍ਰੋਪਰ ਐਕਸਪਲੇਨੇਸ਼ਨ ਤੁਹਾਡੇ ਕੋਲ ਆਪਣੇ ਗੈਪਸ ਨੂੰ ਲੈ ਕੇ ਹੋਣੀ ਜ਼ਰੂਰੀ ਹੈ, ਸੋ ਤਾਂ ਕਿ ਤੁਸੀਂ ਆਪਣੇ ਵੀਜ਼ਾ ਆਫੀਸਰ ਨੂੰ ਸੈਟਿਸਫਾਈਡ ਕਰ ਸਕੋ. ਸੋ ਸਕਸੈਸ ਰੇਟ ਡੈਫੀਨੇਟਲੀ ਹੈਗਾ, ਬਟ ਅਗਰ ਤੁਸੀਂ ਜ਼ਿਆਦਾ ਟਾਈਮ ਲਾ ਰਹੇ ਹੋ, ਜ਼ਿਆਦਾ ਡਿਲੇਸ ਦੇ ਬਾਅਦ ਇੱਥੇ ਲਗਾ ਰਹੇ ਹੋ, ਜ਼ਿਆਦਾ ਹੀ ਵੀਕ ਪ੍ਰੋਫਾਈਲ ਨਾਲ ਲਾ ਰਹੇ ਹੋ, ਤਾਂ ਤੁਸੀਂ ਕਿਤੇ ਨਾ ਕਿਤੇ ਚੈਲੇਂਜ ਇੱਥੇ ਵੀ ਫੇਸ ਕਰ ਸਕਦੇ ਹੋ. ਬਟ ਪ੍ਰੈਜੈਂਟਲੀ ਅਗਰ ਮੈਂ ਇਹਨਾਂ ਨੂੰ ਲਾਈਨ 'ਚ ਕਰਾਂ ਤਾਂ ਮਾਲਟਾ ਤੁਹਾਨੂੰ ਸਭ ਤੋਂ ਜ਼ਿਆਦਾ ਸਕਸੈਸ ਰੇਟ ਦਿੰਦਾ, ਲਟਵੀਆ ਤੁਹਾਨੂੰ 2nd ਨੰਬਰ 'ਤੇ ਸਕਸੈਸ ਰੇਟ ਦਿੰਦਾ, ਐਂਡ ਜਰਮਨੀ ਇਹਨੂੰ ਮੈਂ ਇਹਨਾਂ ਤਿੰਨਾਂ ਦੇ ਮੁਕਾਬਲੇ 3rd 'ਤੇ ਰੱਖ ਰਿਹਾ, ਬਿਕੋਜ਼ ਜਰਮਨੀ ਇੱਕ ਬਹੁਤ ਸਟਰੋਂਗ ਕੰਟਰੀ ਹੈ, ਐਂਡ ਡੈਫੀਨੇਟਲੀ ਉਸੇ ਤਰੀਕੇ ਨਾਲ ਉਹਨਾਂ ਦੀ ਐਮਬੈਸੀ ਵੀ ਰਿਐਕਟ ਕਰਦੀ ਹੈ. ਵੀਜ਼ਾ ਇੱਥੇ ਵੀ ਆਉਂਦਾ ਹੈ, ਲੇਕਿਨ ਇੱਥੇ ਪ੍ਰੋਫਾਈਲ ਜ਼ਿਆਦਾ ਸਾਫ਼ ਸੁਥਰਾ ਚਾਹੀਦਾ ਕੰਪੈਰੇਟਿਵਲੀ ਮਾਲਟਾ ਐਂਡ ਲਟਵੀਆ. ਸੋ ਇਹਨਾਂ ਚੀਜ਼ਾਂ ਦਾ ਅਗਰ ਤੁਸੀਂ ਧਿਆਨ ਰੱਖ ਕੇ ਚੱਲਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀਜ਼ਾ 'ਚ ਪ੍ਰੋਬਲਮ ਹੋਊਗੀ. ਤੁਹਾਡੇ ਕੋਈ ਵੀ ਫਰਦਰ ਕੁਐਸਚਨਸ ਹੈ
ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਅਲੱਗ ਅਲੱਗ ਜਗ੍ਹਾ 'ਤੇ ਸਾਡੀਆਂ ਬ੍ਰਾਂਚਿਸ ਹੈਗੀਆਂ ਨੇ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਮੋਹਾਲੀ, ਬਠਿੰਡਾ, ਸ਼੍ਰੀ ਗੰਗਾਨਗਰ, ਸੋ ਇਹਨਾਂ ਸਾਰੀ ਜਗ੍ਹਾ 'ਤੇ ਤੁਸੀਂ ਕਿਤੇ ਵੀ ਟਾਈਮ ਆ ਕੇ ਮਿਲ ਸਕਦੇ ਹੋ। ਵੀਡੀਓ ਕਾਨਫਰੰਸ ਦੇ ਥਰੂ ਮੈਂ ਤੁਹਾਡੇ ਲਈ ਇੰਡੀਵਿਜੁਅਲੀ ਅਵੇਲੇਬਲ ਰਹੂੰਗਾ ਜਦੋਂ ਵੀ ਤੁਸੀਂ ਆਫਿਸ 'ਚ ਵਿਜ਼ਿਟ ਕਰੋਗੇ ਔਰ ਮੇਰੇ ਨਾਲ ਮਿਲਣਾ ਚਾਹੋਗੇ। ਬਟ ਬਹੁਤ ਘੱਟ ਤੁਹਾਨੂੰ ਲੋੜ ਪਊਗੀ ਮੇਰੇ ਆਫਿਸ ਵਿਜ਼ਿਟ ਕਰਕੇ, ਬਿਕੋਜ਼ ਵੀ ਹੈਵਿੰਗ ਅ ਇਨਫ ਟ੍ਰੇਨਡ ਟੀਮ ਜਿਹੜੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਗਾਈਡ ਕਰੇਗੀ। ਔਰ ਤੁਹਾਡੇ ਕੋਈ ਵੀ ਕੁਐਸਚਨਸ ਹੈ, ਤੁਸੀਂ ਆਫਿਸ ਆਉਣ ਲਈ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, 90238 90238 ਸਾਡਾ ਹੈਲਪਲਾਈਨ ਨੰਬਰ ਹੈ, ਤੁਸੀਂ ਉੱਥੇ ਪੁੱਛ ਸਕਦੇ ਹੋ। ਤੁਸੀਂ ਪ੍ਰੈਜੈਂਟਲੀ ਕਿਤੇ ਅਪਲਾਈ ਕੀਤਾ ਹੋਇਆ ਬਟ ਯੂ ਆਰ ਓਨ ਕਨਫਿਊਜ਼ਡ ਔਨ ਸਮ ਸਿਚੁਏਸ਼ਨਸ, ਔਰ ਕਿਤੇ ਨਾ ਕਿਤੇ ਤੁਸੀਂ ਕੋਈ ਕੁਐਸਚਨਸ ਜਾਂ ਡਾਊਟਸ ਕਲੀਅਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 90238 ਨੂੰ ਹੀ ਵਟਸਐਪ ਨੰਬਰ ਬਣਾ ਕੇ ਵੀ ਯੂਜ਼ ਕਰ ਸਕਦੇ ਹੋ, ਔਰ ਇਹਦੇ 'ਤੇ ਆਪਣੇ ਕੁਐਸਚਨਸ ਜਾਂ ਕੁਐਰੀਜ਼ ਦੇ ਆਨਸਰ ਲੈ ਸਕਦੇ ਹੋ। ਤੁਸੀਂ ਇਹਦੇ 'ਤੇ ਆਪਣੇ ਡਾਕੂਮੈਂਟਸ ਭੇਜ ਕੇ ਵੀ ਆਪਣੀ ਅਸੈਸਮੈਂਟ ਕਰਾ ਸਕਦੇ ਹੋ। ਸੋ ਜਦੋਂ ਵੀ ਮਿਲਣਾ ਹੋਵੇ ਯੂ ਆਰ ਮੋਸਟ ਵੈਲਕਮ। ਅੱਜ ਦੇ ਲਈ ਸਤਿ ਸ਼੍ਰੀ ਅਕਾਲ।